वाहेगुरू जी का खालसा, वाहेगुरू जी की फतेह। मैं बलजीत सिंह, आप सारी साध संगत दा एक बारी फिर अपने यूट्यूब चैनल निर्भव निर्वैर ते जी आया नू करदा हाँ। गुरमुख बुढ़े कदे नाही जिन्ना अंतर सुरत ज्ञान। तीजी पातशाही धन श्री गुरु अमरदास जी दी ऐ शब्द सानू अज परतक वेखन नू मिल रहे ने। साडे विच अज मौजूद ने एक महान शख्सियत जिहड़े लुधियाने तो चल के अज बनारस पुजे ने, ते उन्होंने 2004 तो 2021 अज चल रहा है। सो 17 साल 30,000 किलोमीटर साइकिल ते धार्मिक यात्रा की है। ते आओ अज असी तुहानू बाबा जी दे सफर दी कहानी उन्हां दे जमानी सुनांदे हां। वाहिगुरु जी का खालसा, वाहिगुरु जी की फतेह। होर बाबा जी की नाम तुहाडा? मेरा अर्जन सिंह है, मैं पिंड लुधियाने का रहने लगा, मुंडिया खोर्द है मेरा एड्रेस जी। ते मैं 2004 ते पिछले 2013 तक 2020 तक 30,000 किलोमीटर साइकिल चला चुके। मैं 30,000 किलोमीटर साइकिल चला चुके हो। तुम्हें कितनी उम्र है तुम्हारी बाबा जी? 81 साल दी है मेरी उम्र। 81 साल बाबा जी की उम्र है। बहुत कृपा है, बहुत चढ़दी कला है बाबा जी के उत्ते। ਕਿ ਕਿੰਨੇ ਕਦੋਂ ਦੇ ਤੁਸੀਂ ਸਾਈਕਲ ਚਲਾ ਰਹੇ ਹੋ? ਮੈਂ 2004 ਤੋਂ ਸ਼ੁਰੂ ਕੀਤਾ ਹੈਗਾ ਅਤੇ 2020 ਤੱਕ 30,000 ਕਿਲੋਮੀਟਰ ਸਾਈਕਲ ਚੱਲ ਚੁੱਕਿਆ। ਉਹਦੇ ਬਾਅਦ ਫਿਰ ਸਾਈਕਲ ਚਲਾ ਰਿਹਾ ਮੈਂ। ਹੁਣੇ ਤੁਸੀਂ ਕਿੱਥੋਂ ਆ ਰਹੇ ਹੋ? ਹੁਣੇ ਮੈਂ ਪਟਨਾ ਸਾਹਿਬ ਤੋਂ ਨਿਕਲਿਆ ਸੀ ਅਤੇ ਵੀਰਵਾਰ ਨੂੰ ਮੋਨੀਆ ਪਹੁੰਚਿਆ, ਮੋਨੀਆ ਅਤੇ ਫਿਰ ਇੱਧਰ ਨੂੰ ਆਇਆ ਮੈਂ। ਅੱਛਾ, ਮਤਲਬ ਹੁਣੇ ਤੁਸੀਂ ਪਟਨਾ ਸਾਹਿਬ ਤੋਂ ਦਰਸ਼ਨ ਕਰਕੇ ਬਨਾਰਸ ਨੂੰ ਆਏ ਹੋ, ਅਤੇ ਅੱਗੇ ਤੁਹਾਡਾ ਕਿੱਥੇ ਜਾਣ ਦਾ ਪਲੈਨ ਹੈਗਾ? ਕਿ ਕੀ ਯਾਤਰਾ ਦਾ ਕੀ ਰੂਟ ਹੈਗਾ? ਮੇਰੀ ਯਾਤਰਾ ਦਾ ਰੂਟ ਹੈਗਾ ਅਤੇ ਮੈਂ ਤਾਂ ਹਜੂਰ ਸਾਹਿਬ ਨੂੰ ਚੱਲਿਆ ਚਾਲੇ ਪਾਤ ਹੈਗੇ। ਬਾਕੀ ਪਰਮਾਤਮਾ ਕੋਲ ਇਹ ਬਖਸ਼ਿਸ਼ ਮੰਗਦਾ ਹੈ ਪਰਮਾਤਮਾ ਹਰ ਇੱਕ ਬੱਚੇ ਨੂੰ ਬੁੱਧ ਮਤੀ ਦੇ ਕਿ ਜਿਹਦੇ ਨਾਲ ਆਪਣੇ ਬਜ਼ੁਰਗਾਂ ਦੀ ਸੇਵਾ ਕਰੇ, ਉਹਨਾਂ ਦਾ ਆਦਰ ਸਤਿਕਾਰ ਕਰੇ, ਤਾਂ ਕਿ ਉਸੇ 'ਚ ਰੱਬ ਸੁੱਖ ਹੈਗਾ। ਅਤੇ ਅਗਰ ਬੱਚੇ ਨਹੀਂ ਪੁੱਛਦੇ ਮਾਂ ਬਾਪ ਨੂੰ ਅਤੇ ਉਹ ਸੋਚੇ ਕਿ ਅਸੀਂ ਰੱਬ ਹੈਗੇ, ਤਾਂ ਉਹ ਕਦੀ ਰੱਬ ਨਹੀਂ ਬਣ ਸਕਦਾ। ਰੱਬ ਤੋਂ ਮਾਂ ਬਾਪ ਦਾ ਰੂਪ ਹੁੰਦਾ ਹੈਗਾ। ਜੇ ਬੱਚੇ ਮਾਂ ਬਾਪ ਨੂੰ ਨਹੀਂ ਪੁੱਛਦੇ, ਉਹ ਸਮਝੋ ਚਾਹੇ ਗੁਰਦੁਆਰੇ ਚਾਹੇ ਮੰਦਰ ਆਏ ਕਿਤੇ ਵੀ ਆਏ, ਉਹਨਾਂ ਦਾ ਆਦਰ ਸਤਿਕਾਰ ਕੋਈ ਨਹੀਂ ਕਰਦਾ ਹੈਗਾ। ਉਹ ਇੱਥੇ ਵੀ ਬੁਰੇ ਅਤੇ ਜਾਣ 'ਤੇ ਵੀ ਬੁਰੇ ਹੈਗੇ। ਹੋਰ ਬਹੁਤ ਵਧੀਆ ਬਾਬਾ ਜੀ। ਅਤੇ ਇਹ ਦੱਸੋ ਤੁਹਾਡੇ ਮਤਲਬ ਯਾਤਰਾ ਸਟਾਰਟ ਜਦੋਂ ਤੁਸੀਂ ਕੀਤੀ, ਕਿਵੇਂ ਇਹ ਗੱਲ ਤੁਹਾਡੇ ਦਿਮਾਗ 'ਚ ਆਈ ਕਿ ਯਾਤਰਾ ਕਰਨੀ ਚਾਹੀਦੀ ਹੈ? ਮੇਰੇ ਦਿਮਾਗ 'ਚ ਆਈ ਕਿ ਮੈਂ ਅੱਜ ਕੱਲ੍ਹ ਦੇ ਟਾਈਮ 'ਚ ਬੱਚੇ ਕੋਈ ਖਰਚਾ ਦੇ ਕੇ ਰਾਜੀ ਨਹੀਂ, ਇਸੇ ਕਰਕੇ ਯਾਤਰਾ 'ਤੇ ਨਿਕਲੇ। ਸਾਰੇ ਧਾਮਾਂ ਦੇ ਦਰਸ਼ਨ ਹੋ ਜਾਏਗੇ, ਨਾਲੇ ਮੇਰਾ ਜਿਹੜਾ ਥੋੜ੍ਹਾ ਬਹੁਤ ਜੀਵਨ ਹੈ ਸਫਲ ਹੋ ਜਾਏਗਾ, ਰੱਬ ਦੇ ਲੇਖੇ ਲੱਗ ਜਾਏਗਾ। ਆਪਾਂ ਇਸ ਤਰ੍ਹਾਂ ਕਹਿੰਦੇ ਕਹਿੰਦੇ ਮੈਂ ਸਤਿਕਾਰ ਵੀਡੀਓ ਵਾਲੇ ਦਾ ਵੀ ਮੈਂ ਸਤਿਕਾਰ ਕਰਦਾ, ਜਿਹਨਾਂ ਨੇ ਇੰਨੇ ਉਪਰਾਲਾ ਕਰਕੇ ਮੇਰੀ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾਈ ਹੈਗੀ। ਅੱਛਾ ਬਾਬਾ ਜੀ, ਇਹ ਦੱਸੋ ਕਿ ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈਗਾ? ਮੇਰੇ ਪਰਿਵਾਰ 'ਚ 3 ਮੁੰਡੇ ਹੈ, 3 ਬਹੂਆਂ ਹੈ, 5 ਪੋਤੀ ਹੈ, 2 ਪੋਤੇ ਹੈ। ਸਾਡੇ ਘਰ ਦੀ ਤਾਂ ਡੈਥ ਹੋ ਗਈ ਹੈ 2014 'ਤੇ। ਅੱਛਾ ਬਾਬਾ ਜੀ, ਤੁਸੀਂ 2004 ਤੋਂ ਯਾਤਰਾ ਸਟਾਰਟ ਕੀਤੀ ਹੈ ਅਤੇ ਅੱਜ 2021 ਚੱਲ ਰਿਹਾ ਉਹਨੇ, ਅਤੇ ਲਗਭਗ 17 ਸਾਲ ਹੋ ਗਏ ਤੁਹਾਨੂੰ ਯਾਤਰਾ ਕਰਦੇ, ਅਤੇ ਤੁਸੀਂ ਯਾਤਰਾ 'ਚ ਕਿੱਥੇ ਕਿੱਥੇ ਗਏ, ਮਤਲਬ ਕਿੱਥੇ ਕਿੱਥੇ ਦਰਸ਼ਨ ਕੀਤੇ? ਯਾਤਰਾ 'ਤੇ ਮੈਂ ਪਹਿਲੀ ਦਫ਼ਾ ਹੇਮਕੁੰਟ ਸਾਹਿਬ ਗਿਆ। 8 ਵਾਰੀ ਤੁਸੀਂ ਹੇਮਕੁੰਟ ਸਾਹਿਬ ਹੋ ਚੁੱਕੇ ਹੋ। ਅੱਛਾ ਜੀ, ਘਰ ਵਾਲੀ ਨੂੰ ਬਿਠਾ ਕੇ ਹੇਮਕੁੰਟ ਸਾਹਿਬ ਲੈ ਕੇ ਗਿਆ, ਸਾਈਕਲ 'ਤੇ ਘਰ ਵਾਲੀ ਨੂੰ ਬਿਠਾ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਦੇ ਬਾਅਦ ਮੇਰਾ ਹੈਂਡੀਕੈਪ ਸਾਲਾ ਸੀ, ਉਸ ਵੀ ਮੈਂ ਲੈ ਕੇ ਗਿਆ। ਉਹਦੇ ਬਾਅਦ ਮੈਂ ਆਪਣਾ ਪਟਨਾ ਸਾਹਿਬ 2 ਦਫ਼ਾ ਦਰਸ਼ਨ ਕੀਤੇ, 6 ਦਫ਼ਾ ਮੈਂ ਹਜੂਰ ਸਾਹਿਬ ਜਾਇਆ ਹਾਂ, ਹੁਣ 7ਵੀਂ ਦਫ਼ਾ ਚੱਲਿਆ। ਪਰਮਾਤਮਾ ਸੁੱਖ ਮੰਗਦਾ ਕਿ ਸਭ ਨੂੰ ਇਸ ਤਰ੍ਹਾਂ ਦੀ ਸਿਹਤ ਦੇ ਕੇ, ਤਾਂ ਕਿ ਅੱਗੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਪ੍ਰੇਰਣਾ ਦੇ ਸਕੇ। ਬਨ ਬਹੁਤ ਹੀ
ਮਾਣ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਸਾਡੇ ਪੰਥ ਦੇ ਪੰਥ ਪੰਥ 'ਚ ਇੱਦਾਂ ਦੇ ਸੂਰਵੀਰ ਜਨਮ ਲੈਂਦੇ ਰਹਿੰਦੇ ਆ ਕਿ ਸਾਈਕਲ 'ਤੇ 30,000 ਕਿਲੋਮੀਟਰ 81 ਸਾਲ ਬਾਬਾ ਜੀ ਦੀ ਉਮਰ ਹੈ ਅਤੇ ਬਹੁਤ ਹੀ ਮਤਲਬ ਇੱਕ ਆਸ਼ਚਰਜਨਕ ਗੱਲ ਹੈਗੀ ਸਾਡੇ ਵਾਸਤੇ ਕਿ ਅੱਜ ਕੱਲ੍ਹ ਜੋ ਜਿਵੇਂ ਬਾਬਾ ਜੀ ਨੇ ਆਖਿਆ ਕਿ ਥੋੜ੍ਹਾ ਜਿਹਾ ਵੀ ਲੋਕਾਂ ਨੂੰ ਡਿਸਟੈਂਸ ਟਰੈਵਲ ਕਰਨਾ ਹੁੰਦਾ ਹੈ ਅਤੇ ਉਹ ਆਪਣੀ ਐਕਟੀਵਾ ਕੱਢ ਲੈਂਦੇ ਆ, ਗੱਡੀਆਂ 'ਤੇ ਜਾਂਦੇ ਆ, ਕਾਰਾਂ 'ਤੇ ਜਾਂਦੇ ਆ, ਲੇਕਿਨ ਬਾਬਾ ਜੀ ਸਾਈਕਲ 'ਤੇ 30,000 ਕਿਲੋਮੀਟਰ ਬਹੁਤ ਹੀ ਮਾਇਨੇ ਰੱਖਣ ਵਾਲੀ, ਬਹੁਤ ਹੀ ਮਤਲਬ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਹੈਗੀ ਬਾਬਾ ਜੀ 'ਤੇ ਅਤੇ ਬਾਬਾ ਜੀ ਨੂੰ ਵਾਹਿਗੁਰੂ ਜੀ ਤੁਹਾਡੇ ਉੱਤੇ ਕਿਰਪਾ ਕਰਨ ਅਤੇ ਤੁਹਾਨੂੰ ਤੰਦਰੁਸਤੀ ਬਖਸ਼ਣ, ਤੁਹਾਨੂੰ ਦੇਹ ਅਰੋਗਤਾ ਬਖਸ਼ਣ ਅਤੇ ਅਸੀਂ ਬਾਬਾ ਜੀ ਦਾ ਕੋਂਟੈਕਟ ਨੰਬਰ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ 'ਚ ਮਿਲੇਗਾ, ਡਿਸਕ੍ਰਿਪਸ਼ਨ 'ਚ ਵੀ ਪਾ ਦਾਂਗੇ ਅਤੇ ਨਾਲ ਤੁਹਾਡੀ ਵੀਡੀਓ ਡਿਸਪਲੇ 'ਚ ਵੀ ਡਿਸਪਲੇ ਹੁੰਦਾ ਹੋਏਗਾ ਹੁਣੇ, ਤੁਸੀਂ ਵੇਖ ਸਕਦੇ ਹੋ। ਅਤੇ ਤੁਸੀਂ ਜੋ ਵੀ ਸੰਗਤ ਬਾਬਾ ਜੀ ਦੀ ਸੇਵਾ ਕਰਨਾ ਚਾਹੁੰਦੀ ਹੈ ਕਿਸੇ ਵੀ ਤਰੀਕੇ ਨਾਲ, ਤਾਂ ਬਾਬਾ ਜੀ ਨੂੰ ਕੋਂਟੈਕਟ ਕਰਕੇ ਨੰਬਰ 'ਤੇ ਉਹਨਾਂ ਦੇ, ਅਤੇ ਉਹ ਜਿੱਥੇ ਵੀ ਤੁਸੀਂ ਵੀਡੀਓ ਵੇਖ ਰਹੇ ਹੋ, ਬਾਬਾ ਜੀ ਜਿੱਥੇ ਪ੍ਰੈਜੈਂਟ ਹੋਣਗੇ ਉਸ ਟਾਈਮ ਤੁਸੀਂ ਉਹਨਾਂ ਦਾ ਐਡਰੈਸ ਪੁੱਛ ਕੇ, ਲੋਕੇਸ਼ਨ ਪੁੱਛ ਕੇ, ਅਤੇ ਤੁਸੀਂ ਉੱਥੇ ਸੇਵਾ ਕਰ ਸਕਦੇ ਹੋ ਜੀ। ਅਤੇ ਆਪ ਸੰਗਤਾਂ ਨੂੰ ਬਹੁਤ ਬੇਨਤੀ ਹੈਗੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਜੀ ਦੀ ਹੈਲਪ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.